ਜੇਕਰ ਡੀਪਲੀ ਕੋਈ ਜ਼ਿਆਦਾ ਜਲ ਭਰਾਵ ਹੈ ਗੱਡੀਆਂ 'ਤੇ ਜਿਹੜਾ ਪਾਣੀ ਭਰ ਜਾਂਦਾ ਉਹ ਵੀ ਕਾਫੀ ਦਿੱਕਤਾਂ ਆ ਰਹੀਆਂ ਅਤੇ ਅਸੀਂ ਕੋਸ਼ਿਸ਼ ਕੀਤੀ ਹੈ ਇਹ ਸਮਝਣ ਦੀ ਕਿ ਜੇਕਰ ਤੁਹਾਡੀ ਗੱਡੀ 'ਚ ਪਾਣੀ ਪੈ ਗਿਆ ਤਾਂ ਤੁਸੀਂ ਕਿਸ ਤਰ੍ਹਾਂ ਦਾ ਸਾਵਧਾਨੀ ਰੱਖਣੀ ਹੈ ਕਿਸ ਤਰ੍ਹਾਂ ਉਸ ਟਾਈਮ ਸਿਚੁਏਸ਼ਨ ਰੱਖਣੀ ਹੈ ਇਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਵਾਟਰ ਡੀਪਲੀ ਭਰਾਵ ਹੁੰਦਾ ਸੁਸਾਇਟੀ ਦੇ ਜਾਂ ਸੜਕਾਂ ਦੇ ਵਿੱਚ ਉਹਦੇ ਵਿੱਚ ਜਿਹੜੀ ਸੈਡਾਨ ਗੱਡੀਆਂ ਹੁੰਦੀਆਂ ਉਹਨਾਂ ਦੇ ਵਿੱਚ ਪਾਣੀ ਪੈ ਜਾਂਦਾ ਜਿਸ ਕਰਕੇ ਕਾਫੀ ਨੁਕਸਾਨ ਹੁੰਦਾ ਇੰਜਨ ਵੀ ਸੀਜ ਹੋ ਸਕਦਾ ਜਾਂ ਫਿਰ ਗੱਡੀ ਦੇ ਜਿਹੜੇ ਜੇਕਰ ਨਹੀਂ ਪਤਾ ਲੱਗਦਾ ਕਾਫੀ ਗਹਿਰਾ ਜਿਹੜਾ ਡੀਪਲੀ ਖੱਡਾ ਉਸ ਕਰਕੇ ਵੀ ਕਾਫੀ ਦਿੱਕਤਾਂ ਹੋ ਜਾਂਦੀ ਹੈ ਇਸ ਕਰਕੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਇਹ ਗੱਡੀਆਂ ਵੀ ਇੱਥੇ ਪਹੁੰਚੀ ਹੈ ਅਸੀਂ ਪਹੁੰਚੇ ਹਾਂ ਜਿਹੜੇ ਮਿਸਤਰੀ ਨੇ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਜਿਹੜਾ ਸਿਚੁਏਸ਼ਨ ਹੁੰਦੀ ਹੈ ਬਰਸਾਤ ਦਾ ਮੌਸਮ ਹੈ ਔਰ ਗੱਡੀਆਂ ਤੁਸੀਂ ਕਿਸ ਤਰ੍ਹਾਂ ਧਿਆਨ ਰੱਖਣਾ ਭਾਜੀ ਕਿਉਂਕਿ ਡੀਪਲੀ ਜਿਹੜਾ ਵਾਟਰ ਲੋਗਿੰਗ ਹੈ ਜਲ ਭਰਾਵ ਦੀ ਸਿਚੁਏਸ਼ਨ ਅਸੀਂ ਦੇਖ ਰਹੇ ਹਾਂ ਕਾਫੀ ਜ਼ਿਆਦਾ ਹੁੰਦੀ ਹੈ ਲੋਕਾਂ ਨੂੰ ਵੀ ਕਾਫੀ ਦਿੱਕਤ ਆ ਰਹੀ ਤੁਹਾਡੇ ਕੋਲ ਵੀ ਕੇਸਿਸ ਆ ਰਹੇ ਹੈ ਬਿਲਕੁਲ ਜੀ ਬਿਲਕੁਲ ਕਿਸ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤੇ ਕਿਸ ਤਰ੍ਹਾਂ ਦੀ ਸਾਵਧਾਨੀ ਅਸੀਂ ਰੱਖਣੀ ਹੈ ਭਾਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਜਿਵੇਂ ਮੰਨ ਲਓ ਵੀ ਪਾਣੀ ਪੂਣੀ 'ਚ ਆਪਾਂ ਗੱਡੀ ਕੱਢਦੇ ਵੀ ਹਾਂ ਹੁਣ ਪਾਣੀ ਬਹੁਤ ਖੜਾ ਬਰਸਾਤਾਂ ਕਰਕੇ ਥਾਂ ਥਾਂ 'ਤੇ ਠੀਕ ਹੈ ਨਾ ਤਾਂ ਉਹਦੇ ਕਰਕੇ ਇਨਕੇਸ ਜਿਵੇਂ ਪਾਣੀ ਖੜਾ ਪਹਿਲਾਂ ਤਾਂ ਆਪਾਂ ਨੂੰ ਦੇਖ ਗਿਆ ਜਿਹਦੇ ਕੋਲ ਤਾਂ ਸਿਡਾਨ ਗੱਡੀ ਵਗੈਰਾ ਉਹ ਤਾਂ ਜੇ ਰੁਕ ਜੂਗਾ ਤਾਂ ਵਧੀਆ ਰਹਿ ਜੂਗਾ ਜੀ ਐਕਸਯੂਵੀ ਗੱਡੀ ਤਾਂ ਨਿਕਲ ਜਾਂਦੀ ਆ ਇਹਨਾਂ 'ਚ ਕਿਹਾ ਹੁੰਦਾ ਵੀ ਪਾਣੀ ਖਿੱਚ ਲੈਂਦੇ ਆ ਇੰਜਣ ਡੀਜ਼ਲ ਗੱਡੀਆਂ ਹੋ ਗਈਆਂ ਕੁਝ ਤਾਂ ਨਿਕਲ ਜਾਂਦੇ ਆ ਰੇਸ ਰੱਖ ਕੇ ਇੰਜਣ ਕੁਝ ਨਹੀਂ ਨਿਕਲਦੇ ਤੇ ਜਿਹਦੇ ਕਰਕੇ ਜਦੋਂ ਆਪਣੇ ਪਾਣੀ ਅੰਦਰ ਭਰ ਜਾਂਦਾ ਇੰਜਣ ਦੇ ਅੰਦਰ ਖਿੱਚ ਲੈਂਦਾ ਫਿਲਟਰ ਭਾਜੀ ਜਿਹੜੀ ਸੈਡਾਨ ਗੱਡੀ ਆ ਇਹਦੇ ਬਾਰੇ ਥੋੜਾ ਜਿਹਾ ਦੱਸੋ ਪਾਣੀ ਭਰਦਾ ਇਹ ਫਿਲਟਰ ਚੱਕ ਲੈਂਦਾ ਆਪਣੇ ਆਪ ਹੀ ਜਿਹੜਾ ਹਾਂਜੀ ਇਹਨਾਂ ਦੇ ਫਿਲਟਰ ਜਿਵੇਂ ਜਿਨ੍ਹਾਂ ਦੇ ਤਾਂ ਏਅਰ ਫਿਲਟਰ ਉੱਪਰ ਹੁੰਦੇ ਆ ਜੀ ਇਨਕੇਸ ਉਹ ਤਾਂ ਬਚ ਜਾਂਦੀ ਹੈ ਜੀ ਜਿਵੇਂ ਨੋਰਮਲ ਆ ਗੱਡੀਆਂ ਇਹਨਾਂ ਦੇ ਫਿਲਟਰ ਜੀ ਨੀਚੇ ਆ ਨਾ ਇਹਨਾਂ ਦੇ ਪਾਈਪਾਂ ਨੀਚੇ ਨੇ ਜੀ ਇਹ ਥੱਲੇ ਤੋਂ ਪਾਣੀ ਖਿੱਚ ਕੇ ਇੰਜਣ 'ਚ ਕਰ ਲੈਂਦੀ ਅੰਦਰ ਠੀਕ ਆ ਉਹ ਫਿਰ ਉਸ ਟਾਈਮ ਬੰਦ ਹੋ ਜਾਂਦੀ ਹੈ ਤੇ ਉਹ ਨੁਕਸਾਨ ਵੀ ਉਹ ਨੁਕਸਾਨ ਹੈ ਫਿਰ ਇੰਜਣ ਖੁੱਲਦੇ ਆ ਜੀ ਉਹਦੇ ਨਾਲ ਅੱਛਾ ਹਾਂਜੀ ਆਪਣੀ ਨਵੀਂ ਗੱਡੀ ਮਸ਼ੀਨਰੀ ਖਰਾਬ ਹੋ ਜਾਂਦੀ ਹੈ ਬਿਲਕੁਲ ਤੇ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਿਵੇਂ ਮੰਨ ਲਓ ਜੇ ਤਾਂ ਪਹਿਲੀ ਗੱਲ ਤਾਂ ਜੀ ਐਕਸਯੂਵੀ ਗੱਡੀ ਕੱਢ ਸਿਡਾਨ ਕੱਢੇ ਨਾ ਜੀ ਠੀਕ ਹੈ ਜੀ ਜੇ ਉਹ ਕੱਢ ਵੀ ਲਈ ਬੰਦ ਹੋ ਗਈ ਤਾਂ ਉਹਨੂੰ ਦੁਬਾਰਾ ਸਟਾਰਟ ਨਾ ਕਰੋ ਸਟਾਰਟ ਨਾ ਕਰੋ ਠੀਕ ਜੇ ਭਾਜੀ ਇਹ ਕਹਿੰਦੇ ਕਿ ਧੀਰੇ ਧੀਰੇ ਥੋੜਾ ਜਿਹਾ ਕੱਢ ਲਓ ਇਹ ਵੀ ਨਹੀਂ 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 ਨੁਕਸਾਨ ਉਹਦਾ ਨੁਕਸਾਨ ਹੈ ਜੀ ਜਦ ਇੱਕ ਵਾਰ ਆਪਣੇ ਕੀ ਕਹਿੰਦੇ ਆ ਇਹਦਾ ਪਾਣੀ ਉਹ ਖਿੱਚ ਲਿਆ ਤਾਂ ਉਹ ਚੀਜ਼ ਦਾ ਨੁਕਸਾਨ ਹੋ ਜਾਂਦਾ ਜੀ ਹਾਂਜੀ ਉਹ ਨੁਕਸਾਨ ਆ ਜੀ ਤੇ ਇਹ ਵੀ ਨਹੀਂ ਪਤਾ ਹੁੰਦਾ ਖੱਡ ਜਿਹੜਾ ਹੈਗਾ ਉੱਥੇ ਕਿੰਨਾ ਡੀਪਲੀ ਆ ਹੋਰ ਵੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਪਾਣੀ ਖੜਾ ਜੀ ਪਾਣੀ 'ਚ ਆਪਾਂ ਨੂੰ ਪਤਾ ਹੀ ਲੱਗਦਾ ਵੀ ਅੱਗੇ ਕਿਆ ਹੈ ਕਿਆ ਨਹੀਂ ਹੈ ਹੈ ਨਾ ਆਪਾਂ ਕੱਢ ਲੈਂਦੇ ਆ ਰਿਸਕ ਤੇ ਕੱਢ ਲੈਂਦੇ ਆ ਆਪਣੇ ਤੇ ਆਪਣਾ ਰਿਸਕ ਨਾ ਕੀ ਕਰਦੇ ਹੋ ਉੱਥੇ ਬਿਲਕੁਲ ਗੱਡੀ ਤੁਸੀਂ ਕਹਿ ਰਹੇ ਹੋ ਬੰਦ ਕਰ ਦਿਓ ਅਸੀਂ ਤਾਂ ਟੋਇੰਗ ਨਾਲ ਕਢਵਾ ਲੈਂਦੇ ਆ ਜੀ ਉੱਥੇ ਬੰਦ ਕਰ ਦਿਓ ਜਿੰਨੀ ਜਲਦੀ ਹੋ ਸਕੇ ਟੋਨੀ ਨਾਲ ਕੱਢ ਕੇ ਬਾਹਰ ਉਹਨੂੰ ਚੈੱਕ ਕਰ ਲੈਂਦੇ ਆਪਾਂ ਠੀਕ ਹੈ ਮਤਲਬ ਜਿਹੜੀ ਕੰਡੀਸ਼ਨ ਠੀਕ ਹੋਵੇ ਉਹ ਚੱਲ ਜਾਂਦੀ ਆ ਅਦਰਵਾਈਜ਼ ਤਾਂ ਇੰਜਨ ਖੁੱਲੇ ਜਾਂਦੇ ਤਾਂ ਇੰਜਨ ਜਿਹੜਾ ਹੈਗਾ ਹਾਂਜੀ 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 ਉਹ ਨੁਕਸਾਨ ਹੋ ਜਾਂਦਾ ਜੀ ਕਾਫੀ ਇਹ ਭਾਜੀ ਇਹ ਗੱਡੀ ਦੇ ਓਨਰ ਆਏ ਆ ਭਾਜੀ ਤੁਸੀਂ ਇਹ ਕੀ ਹੋਇਆ ਕੀ ਸਤਿ ਸ਼੍ਰੀ ਅਕਾਲ ਵੀਰੇ ਮੈਂ ਨਾ ਹਲੇ ਕੱਲ ਹੀ ਗੱਡੀ ਦਾ ਕੰਮ ਕਰਾ ਕੇ ਰਾਤੀ ਗੱਡੀ ਖੜਾਈ ਆ ਤੇ ਉੱਥੇ ਕਿਸੇ ਨੇ ਗਟਰ ਚੱਕਤਾ ਪਾਣੀ ਖੜਾ ਸੀਗਾ ਦੋਨੋਂ ਚਿਮਟੇ ਪਵਾਏ ਸੀਗੇ ਗੱਡੀ ਦਾ ਚਿਮਟਾ ਗਟਰ 'ਚ ਗਿਰ ਕੇ ਫੇਰ ਟੁੱਟ ਗਿਆ ਤੇ ਹੁਣ ਫੇਰ ਚਿਮਟਾ ਪਵਾ ਨਹੀਂ ਲੱਗਿਆ ਪਾਣੀ ਭਰਿਆ ਹੋਇਆ ਪਾਣੀ ਭਰਿਆ ਹੋਇਆ ਦਿਖਦਾ ਹੀ ਨਹੀਂ ਹੈਗਾ ਭਾਜੀ ਪਾਣੀ ਦੇ ਵਿੱਚ ਜਿੱਥੇ ਖੜਾ ਤੁਸੀਂ ਉੱਥੇ ਗਟਰ ਢੱਕਣ ਚੱਕਿਆ ਹੋਇਆ ਕਿੱਦਾਂ ਪਤਾ ਲੱਗੇਗਾ ਤੁਹਾਨੂੰ ਇਹ ਨੁਕਸਾਨ ਫਿਰ ਹੁਣ ਹੋ ਹੀ ਰਿਹਾ ਭਾਜੀ ਫਿਰ ਕਰਾ ਰਹੇ ਹਾਂ ਠੀਕ ਫੇਰ ਦੁਬਾਰਾ ਗਿਲਕੋ ਦੇ ਬੈਕ ਸਾਈਡ ਗ੍ਰੀਨ ਵੈਲੀ 'ਚ ਆ ਜੀ ਭਾਜੀ ਇਹ ਕਾਫੀ ਖਰੜ 'ਚ ਕਾਫੀ ਪ੍ਰੋਬਲਮ ਬਹੁਤ ਜ਼ਿਆਦਾ ਭਾਜੀ ਨੇਜਰ ਰੋਡ ਤੋਂ ਸਿੱਧਾ ਚੱਲ ਜਾਓਗੇ ਮੰਦਰ ਆਉਂਦਾ ਉੱਧਰ ਸਾਰਾ ਪਾਣੀ ਖੜੇ ਜਿੱਧਰ ਮਰਜ਼ੀ ਚੱਲ ਜਾਓ ਮੁੰਡੀ ਖਰੜ ਦਾ ਭਾਜੀ ਪਾਣੀ ਦਾ ਗਾੜੀ ਆ ਬਹੁਤ ਜ਼ਿਆਦਾ ਭਾਜੀ ਹੈ ਇਹ ਬਿਲਕੁਲ ਜਿੱਦਾਂ ਇਹਨਾਂ ਨੇ ਕਿਹਾ ਕਿ ਕਾਫੀ ਦਿੱਕਤਾਂ ਜਿਹੜੀ ਹੈ ਉਹ ਹੁੰਦੀ ਹੈ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਤੁਸੀਂ ਧਿਆਨ ਰੱਖਣਾ ਇਹ ਜਿਹੜਾ ਇਹਨਾਂ ਨੇ ਕਿਹਾ ਕਿ ਜਿਹੜੀ ਸੈਡਾਨ ਗੱਡੀਆਂ ਉਹਨਾਂ ਦਾ ਜਿਹੜਾ ਫਿਲਟਰ ਹੁੰਦਾ ਕਈਆਂ ਦੇ ਪਾਈਪ ਥੱਲੇ ਹੁੰਦੇ ਜੋ ਕਿ ਪਾਣੀ ਖਿੱਚ ਲੈਂਦੀ ਹੈ ਔਰ ਪੂਰਾ ਇੰਜਨ ਦੇ ਵਿੱਚ ਜਾਂਦਾ ਜੋ ਕਿ ਪੂਰੀ ਇੰਜਨ ਜਿਹੜਾ ਹੈ ਉਹ ਕਰਨਾ ਪੈ ਜਾਂਦਾ ਔਰ ਕਾਫੀ ਨੁਕਸਾਨ ਹੁੰਦਾ ਕਾਫੀ ਇੰਜਨ ਪੂਰਾ ਹੋਣ 'ਚ ਕਾਫੀ ਜਿਹੜਾ ਹੈਗਾ ਤੁਸੀਂ ਪੈਸੇ ਜਿਹੜੇ ਹੈਗੇ ਉਹ ਮਕੈਨਿਕ ਨੂੰ ਦੇਣੇ ਪੈਣਗੇ ਲੇਕਿਨ ਕਿਸ ਤਰ੍ਹਾਂ ਦੀ ਚੀਜ਼ਾਂ ਰੱਖਣੀਆਂ ਕਿਸ ਤਰ੍ਹਾਂ ਦਾ ਧਿਆਨ ਤੁਸੀਂ ਰੱਖਣਾ ਕਿਉਂਕਿ ਜੇਕਰ ਕੋਈ
ਕਾਫੀ ਜਿਹੜਾ ਡੀਪਲੀ ਖੱਡ ਹੈ ਉਹਦੇ ਚ ਤੁਹਾਡੀ ਗੱਡੀ ਗਈ, ਉਹਦੇ ਚਿਮਟੇ ਵੀ ਜਿਹੜਾ ਉਹ ਵੀ ਖਰਾਬ ਹੋ ਸਕਦੇ, ਜਿਸ ਤਰ੍ਹਾਂ ਇਸ ਤਰ੍ਹਾਂ ਦੀ ਨਵੀਂ ਗੱਡੀ ਹੈ ਉਹਦਾ ਜਿਹੜੇ ਚਿਮਟੇ ਹੈ। ਬਾਕੀ ਜਿਹੜੇ ਕਈਆਂ ਦੇ ਫਿਲਟਰ ਉੱਪਰ ਹੁੰਦੇ ਹੈ ਉਹ ਤਾਂ ਬਚ ਜਾਂਦੇ, ਲੇਕਿਨ ਜੇਕਰ ਜ਼ਿਆਦਾ ਵਾਟਰ ਲੌਗਿੰਗ ਹੈ ਤਾਂ ਤੁਸੀਂ ਗੱਡੀਆਂ ਬਹੁਤ ਹੀ ਧਿਆਨ ਨਾਲ, ਜਾਂ ਤਾਂ ਤੁਸੀਂ ਉੱਥੇ ਰੁਕੀ ਜਾਓ। ਔਰ ਜਿਹੜੀ ਆਰਪੀਐਮ ਹੈ ਭਾਜੀ, ਇੱਕ ਗੱਲ ਹੋਰ, ਤੁਸੀਂ ਕਈ ਆਰਪੀਐਮ ਦਾ ਤੁਸੀਂ ਕਿਹਾ ਕਿ ਇੱਕਦਮ ਆਰਪੀਐਮ ਚੱਕ ਕੇ, ਜਿਵੇਂ ਵੀ ਪਾਣੀ ਘੱਟ ਖੜਾ ਨਾ, ਆਪਾਂ ਨੂੰ ਲੱਗ ਰਿਹਾ ਵੀ ਆਪਾਂ ਰੈਗੂਲਰ ਇਹ ਰਸਤੇ ਤੋਂ ਜਾ ਰਹੇ ਹਾਂ, ਵੀ ਪਾਣੀ ਘੱਟ ਆਪਾਂ ਨੂੰ ਪਤਾ ਹੋਵੇ ਤਾਂ ਆਪਾਂ ਗੱਡੀ ਖਿੱਚ ਕੇ ਉੱਥੋਂ ਨਿਕਲ ਸਕਦੇ ਹਾਂ। ਹਾਂਜੀ ਹਾਂ, ਮਤਲਬ ਸਲੋ ਆਰਪੀਐਮ ਤੇ, ਸਲੋ ਰੇਸ ਤੇ ਨਹੀਂ ਨਿਕਲਣਾ ਪੈਂਦਾ ਤਾਂ ਕਿ ਪਾਣੀ ਜਲਦੀ ਖਿੱਚੇ, ਸਪੀਡ ਤੇ ਨਿਕਲ ਸਕਦੇ ਹਾਂ ਆਪਾਂ। ਕਈ ਕਹਿੰਦੇ ਨਾ ਕਿ ਇੱਕਦਮ ਤੇਜ਼ ਤੁਸੀਂ ਕਢਾ ਲਓ, ਉਹ ਵੀ ਸਲੋ ਐ ਹੁੰਦਾ ਜੀ ਜੇ ਪਾਣੀ ਘੱਟ ਆ ਜੀ, ਜਦ ਕਿਉਂਕਿ ਗੱਡੀ ਸਪੀਡ ਤੇ ਜਾਂਦੀ ਆ ਤਾਂ ਪਾਣੀ ਡਿਵਾਈਡ ਹੋ ਜਾਂਦਾ ਥੋੜਾ ਥੋੜਾ, ਠੀਕ ਹੈ, ਪਾਣੀ ਸਾਈਡਾਂ ਤੇ ਹੋ ਜਾਂਦਾ, ਠੀਕ ਹੈ ਜੀ। ਜਿਵੇਂ ਹੁਣ ਸਲੋ ਤੇ ਆ, ਸਲੋ ਤੇ ਪਾਣੀ ਖੜਾ ਹੈ, ਉਹ ਜਲਦੀ ਥੱਲੇ ਤੋਂ ਚੱਕ ਲੈਂਦਾ ਪਾਣੀ। ਤੇ ਭਾਜੀ ਜੇਕਰ ਤੁਸੀਂ ਕੱਢ ਰਹੇ ਹੋ ਵਿੱਚ ਹੀ ਗੱਡੀ ਰੁਕੀ, ਉਹਦਾ ਫਿਰ ਇਲਾਜ? ਉਹਦਾ ਇਲਾਜ ਤਾਂ ਇਹੀ ਹੈ ਜੀ, ਵੀ ਬੈਸਟ ਤਾਂ ਬੰਦ ਹੀ ਕਰ ਲਓ, ਬੰਦ ਕਰਕੇ ਦੁਬਾਰਾ ਟਰਾਈ ਨਾ ਕਰੋ। ਹੁਣ ਇਨ ਕੇਸ ਉਹ ਗੱਡੀਆਂ ਖੜੀਆਂ ਮੇਰੇ ਕੋਲ ਜੀ ਪਰੇ, ਉਹ ਵੀ ਪਾਣੀ 'ਚ ਡੁੱਬ ਕੇ ਆਈ ਵੀ ਆ, ਤੇ ਇੱਧਰ ਹੁੰਦਾ ਸਿਟੀ ਖੜੀ ਹੈ, ਇਹ ਵੀ ਪਾਣੀ 'ਚ ਡੁੱਬ ਕੇ ਆਈ। ਯਾਨੀ ਕਿ ਮੋਸਟਲੀ ਤੁਹਾਡੇ ਕੋਲ ਇਹਨਾਂ ਦੇ ਇੰਜਣ ਕਰੇ ਆ ਜੀ, ਇੱਕ ਤਾਂ ਇੰਜਣ ਕੱਲ ਕਰੇ ਆ, ਇੱਕ ਤਾਂ ਹੁਣ ਖੋਲਣਾ ਹੈ। ਯਾਨੀ ਕਿ ਇੰਜਣ ਹੋਏਗਾ ਹੀ ਹੋਏਗਾ। ਕੇਸ ਆਉਂਦੇ ਮੇਰੇ ਕੋਲ ਮੈਰਾ ਗ੍ਰੀਨ ਇੱਧਰੋਂ, ਜਿਵੇਂ ਇੱਧਰ ਪਾਣੀ ਬਹੁਤ ਖੜਦਾ ਕਰਾਲੀ ਰੋਡ ਤੇ, ਹੁਣ ਆਪਾਂ ਜੀ ਗਿੱਲਕੋ 'ਚੋਂ ਆਏ ਹਾਂ, ਪਾਣੀ ਦੀ ਆਪਣੀ ਹੈਗੀ ਮੁਸੀਬਤ ਬਹੁਤ ਜ਼ਿਆਦਾ ਜੀ, ਇਹਦੇ ਕਰਕੇ ਨੁਕਸਾਨ। ਜਿਹੜਾ ਇੰਜਨ ਜੀ ਆਪਾਂ ਗੱਲ ਕਰੀਏ, ਕਿੰਨੇ ਕੁ ਤੱਕ ਇੰਜਨ ਹੁੰਦਾ ਜੇ ਸੈਡਾਨ ਗੱਡੀ ਹੈ? ਸੈਡਾਨ ਹੈ ਜੀ, ਨੋਰਮਲ 35-40 ਹਜ਼ਾਰ ਤੇ ਵੀ ਪੈ ਜਾਂਦਾ ਹੈ। ਜੇ ਫੁੱਲ ਜ਼ਿਆਦਾ ਹੀ ਲੌਸ ਹੋ ਜਾਵੇ, ਡੈਮੇਜ ਹੋ ਜਾਵੇ ਵਿੱਚੋਂ, ਤਾਂ 70-80 ਹਜ਼ਾਰ ਤਾਂ ਲੱਗਿਆ ਜਾਂਦਾ। ਯਾਨੀ ਇੰਨਾ ਕੁ ਖਰਚਾ ਜਿਹੜਾ ਹੈਗਾ। ਹਾਂਜੀ 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 ਬਿਲਕੁਲ। ਇਸ ਕਰਕੇ ਤੁਸੀਂ ਲੋਕਾਂ ਨੂੰ ਵੀ ਕਹਿੰਦੇ ਹੋ ਕਿ ਬੜਾ ਸਾਵਧਾਨ? ਮੈਂ ਤਾਂ ਦੇਖੋ ਆਪਣੇ ਜਿੰਨੇ ਵੀ ਕਸਟਮਰ ਉਹਨਾਂ ਨੂੰ ਕਹਿ ਦਿੰਦਾ ਹੁੰਦਾ ਵੀ ਪਾਣੀ 'ਚ ਜਦ ਮੈਨੂੰ ਕਾਲ ਆ ਜਾਂਦੀ ਆ ਵੀ ਗੱਡੀ ਸਟਾਰਟ ਨਾ ਕਰਿਓ, ਮੈਂ ਆਪੇ ਲੈ ਜੂੰਗਾ ਪਿਕ ਕਰਕੇ। ਅੱਛਾ, ਯਾਨੀ ਕਿ ਤੁਸੀਂ ਕਹਿ ਰਹੇ ਹੋ ਗੱਡੀ ਬੰਦ ਕਰੋ? ਹਾਂਜੀ, ਨੁਕਸਾਨ ਹੋਰ ਨੁਕਸਾਨ ਹੋਣ ਨਾਲੋਂ ਵਧੀਆ ਉਹਨਾਂ ਨੂੰ ਇਹੀ ਰਹਿ ਦਿੰਦਾ ਵੀ ਖੜ ਜਾਓ, ਇੱਥੇ ਕੋਈ ਗੱਲ ਨਹੀਂ, ਮੈਂ ਲੈ ਜੂੰਗਾ ਪਿਕ ਕਰ ਲੂੰਗਾ ਜਾਂ ਰਿਕਵਰੀ ਕਰ ਦਿੰਦਾ। ਬਹੁਤ ਜ਼ਰੂਰੀ ਹੈ, ਜਿੱਦਾਂ ਇਹਨਾਂ ਨੇ ਵੀ ਕਿਹਾ ਕਿ ਜੇਕਰ ਵਾਟਰ ਲੌਗਿੰਗ 'ਚ ਤੁਸੀਂ ਗੱਡੀ ਵਾੜ ਲਈ ਤਾਂ ਤੁਸੀਂ ਜੇਕਰ ਲੱਗ ਰਿਹਾ ਤਾਂ ਤੁਸੀਂ ਉੱਥੇ ਹੀ ਗੱਡੀ ਬੰਦ ਕਰ ਦਿਓ, ਉਸ ਤੋਂ ਬਾਅਦ ਸਟਾਰਟ ਨਾ ਕਰੋ, ਕਿਉਂਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਇੰਜਨ ਜਿਹੜਾ ਹੈ 70-80 ਹਜ਼ਾਰ, ਕਿਉਂਕਿ ਪੂਰਾ ਇੰਜਨ, ਉਹ ਕਿੰਨਾ ਕੁ ਨੁਕਸਾਨ ਹੁੰਦਾ ਹੈ, ਪਿਸਟਨ ਜਿਹੜੇ ਹੈ, ਹੋਰ ਵੀ ਕਈ ਚੀਜ਼ਾਂ ਦਾ ਜਿਹੜਾ ਨੁਕਸਾਨ ਹੁੰਦਾ, ਕਿਉਂਕਿ ਵਾਟਰ ਲੌਗਿੰਗ ਦੀ ਦਿੱਕਤਾਂ ਹਰ ਕਿਤੇ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ। ਔਰ ਵਾਟਰ ਲੌਗਿੰਗ 'ਚ ਜਿੱਦਾਂ ਇਹਨਾਂ ਨੇ ਕਿਹਾ ਹੋਰ ਵੀ ਕਈ ਗੱਡੀਆਂ ਇੱਥੇ ਪਹੁੰਚੀਆਂ ਜਿਨ੍ਹਾਂ ਦਾ ਇੰਜਨ ਕੀਤਾ ਹੈ, ਔਰ ਇਹੀ ਹੈ ਕਿ ਨੁਕਸਾਨ ਜ਼ਿਆਦਾ ਕਾਫੀ ਹੁੰਦਾ ਕਿਉਂਕਿ ਬਰਸਾਤ ਦਾ ਮੌਸਮ ਹੈ, ਔਰ ਜਿਸ ਤਰ੍ਹਾਂ ਦੀ ਦਿੱਕਤਾਂ ਲੋਕਾਂ ਨੂੰ, ਲੋਕਾਂ ਦਾ ਨੁਕਸਾਨ ਵੀ ਜਿਹੜਾ ਉਹ ਸਾਹਮਣੇ ਆ ਰਿਹਾ। ਇਸ ਕਰਕੇ ਬਹੁਤ ਹੀ ਜਿਹੜੀ ਸਾਵਧਾਨੀ ਤੁਸੀਂ ਰੱਖਣੀ ਹੈ ਕਿ ਕਿਸ ਤਰ੍ਹਾਂ ਇਹ ਚੀਜ਼ਾਂ ਦਾ ਧਿਆਨ ਰੱਖਣਾ। ਐਕਸਯੂਵੀ ਗੱਡੀ ਤਾਂ ਨਿਕਲ ਜਾਂਦੀ ਹੈ, ਲੇਕਿਨ ਜਿਹੜੀ ਸੈਡਾਨ ਗੱਡੀਆਂ ਨੇ, ਕਾਫੀ ਜਿਹੜੀ ਨੀਚੀ ਗੱਡੀਆਂ, ਉਹਨਾਂ ਨੂੰ ਕਾਫੀ ਦਿੱਕਤਾਂ ਹੁੰਦੀ, ਉਹਨਾਂ ਦੇ ਇੰਜਨ, ਉਹਨਾਂ ਦੇ ਫਿਲਟਰ 'ਚ ਜੇਕਰ ਪਾਣੀ ਪੈ ਗਿਆ, ਇੰਜਨ ਤੱਕ ਪਹੁੰਚ ਗਿਆ, ਤਾਂ ਤੁਹਾਡਾ ਇੰਜਨ ਬਿਲਕੁਲ ਸੀਜ਼ ਹੋ ਜਾਂਦਾ।